2024 نیوز چینل دے درشکانوں میرے ਵੱلوں ਸਤਿ ਸ੍ਰੀ ਅਕਾਲ میں پنجاب ਲੋਕ ਕਾਂਗਰਸ ਦੇ ਐਡਵਾਈਜ਼ਰੀ ਕਮੇਟੀ ਦਾ ਮੈਂਬਰ ਤੇ ਅਲਾਈयंस ਦਾ ਤੇ ਟੀਨ ਸਾਹ ਸਾਹ ਦੀ پارٹی ਦਾ ਦਾ ਮੈਂਬਰ ਤੁਹਾਨੂੰ ਕੁਝ ਕਹਿਣਾ ਚਾਹੁੰਦਾ ਮੇਰੇ ਵੱਲੋਂ ਇਹ ਅਲਾਈਅੰਸ ਜੋ ਨਵਾਂ ਬਣਿਆ ਹੈ ਜਿਹੜਾ ਕਿ ਭਾਜਪਾ ਲੋਕ ਕਾਂਗਰਸ ਤੇ ਢਿੰਡਸਾ ਸੰਕਤ ਅਕਾਲੀ ਦਲ ਢਿੰਡਸਾ ਦਾ ਅਲਾਈਅੰਸ ਹੈ ਇਹ ਬਹੁਤ ਅਗਾ ਵਧੂ ਅਲਾਈਅੰਸ ਬਣਿਆ ਤੇ ਮੈਂ ਆਪਣੇ ਤੁਹਾਡੇ ਲੋਕਾਂ ਨੂੰ ਇੱਕ ਇਹ ਚਾਹੁੰਦਾ ਕਿ ਇਹ ਇਸ ਨੂੰ ਇਸ ਅਲਾਈਅੰਸ ਦੇ ਜੋ ਕੈਂਡੀਡੇਟ ਸਾਡੇ ਪੰਜਾਬ ਵਿੱਚ ਖੜੇ ਐ ਉਹਨਾਂ ਨੂੰ ਭਾਰੀ ਵੋਟਾਂ ਦੇ ਨਾਲ ਜਿਤਾਇਆ ਜਾਵੇ ਤੇ ਤਾਂ ਕਿ ਪੰਜਾਬ ਦੀ ਖੁਸ਼ਹਾਲੀ ਜੇ ਹੈ ਹੋ ਸਕੇ ਇਹ ਇੱਕ ਬਹੁਤ ਅਗਾ ਮధు ਗਰੁੱਪ ਹੈ ਇਸ ਅਲਾਈਅੰਸ ਦੇ ਵਿੱਚ ਸਾਨੂੰ ਸੈਂਟਰ ਤੋਂ ਜੋ ਮਦਦ ਪੰਜਾਬ ਲਈ ਚਾਹੀਦੀ ਹੈ ਪੰਜਾਬ ਲਈ ਚਾਹੀਦੀ ਹੈ ਉਹ ਬੜੀ ਆਸਾਨੀ ਨਾਲ ਪੰਜਾਬ ਨੂੰ ਮਿਲੇਗੀ ਤੇ ਪੰਜਾਬ ਦਾ ਜਿਹੜਾ ਪੰਜਾਬ ਜਿਹੜਾ ਹੈਗਾ ਤਰੱਕੀ ਦੇ ਰਾਹ ਤੇ ਜਾਏਗਾ ਤੇ ਪੰਜਾਬ ਦੇ ਲੋਕਾਂ ਨੂੰ ਨਵੇਂ ਨਵੇਂ ਇੰਡਸਟਰੀਜ਼ ਨਵੇਂ ਐਜੂਕੇਸ਼ਨਲ ਸਿਸਟਮ ਹੋਰ ਟੈਕਨੀਕਲ ਸਿਸਟਮ ਸੜਕਾਂ ਪੁਲ ਉਹਨਾਂ ਨੂੰ ਆਸਾਨੀ ਨਾਲ ਇੱਥੇ ਵਿਸਾਰਿਆ ਜਾਏਗਾ ਤੇ ਸੈਂਟਰ ਜੋ ਹੈ ਫਾਈਨੈਂਸ਼ੀਅਲ ਜੋ ਸਾਡੀ ਸਾਡੇ ਤੇ ਕੋਈ ਬੋਝ ਹੈ ਪਿਛਲੀ ਸਰਕਾਰਾਂ ਨੇ ਕੀਤੇ ਹੋਏ ਉਹਨਾਂ ਨੂੰ ਤਾਰਨ ਦੇ ਵਿੱਚ ਮਦਦ ਮਿਲੇਗੀ ਤੇ ਫਾਈਨੈਂਸ਼ੀਅਲ ਏਡ ਵੀ ਦਿੱਤੀ ਜਾਏਗੀ ਤੇ ਸਕੀਮਾਂ ਨੂੰ ਲਾਗੂ ਕੀਤਾ ਜਾਏਗਾ ਜੋ ਵੀ ਸੈਂਟਰ ਤੋਂ ਸਕੀਮ ਆਏਗੀ ਉਹ ਪੰਜਾਬ ਵਿੱਚ ਬਿਨਾ ਕਿਸੇ ਉਸ ਤੋਂ ਲਾਗੂ ਕੀਤੀ ਜਾਏਗੀ ਤੇ ਇਸ ਲਈ ਮੈਂ ਲੋਕਾਂ ਨੂੰ ਤੁਹਾਡੇ ਪੰਜਾਬ ਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਵੀ ਹੋਰ ਪਾਰਟੀਆਂ ਨਾਲੋਂ ਇਹ ਅਲਾਈਅንስ ਜੋ ਕਿ ਨਮਾ ਨਹੀਂ ਬਣਿਆ ਬੜੇ ਤਜਰਬੇਕਾਰ ਲੋਕ ਬੜੇ ਆਨਰੇਬਲ ਲੋਕਾਂ ਨੇ ਇਹ ਪਾਰਟੀਆਂ ਨੇ ਬਣਾਇਆ ਤੇ ਆਪਾਂ ਇਹਨਾਂ ਦੇ ਇਸ ਅਲਾਈਅንስ ਨੂੰ ਜਿਤਾਈਏ ਤਾਂ ਕਿ ਹੋਰ ਜਿਹੜੇ ਝਗੜੇ ਵਾਲੀਆਂ ਪਾਰਟੀਆਂ ਆ ਜਾਂ ਕਰਪਸ਼ਨ ਵਾਲੀਆਂ ਪਾਰਟੀਆਂ ਉਹਨਾਂ ਤੋਂ ਉਹਨਾਂ ਤੋਂ ਅਸੀਂ ਬਚ ਸਕੀਏ ਤੇ ਪੰਜਾਬ ਨੂੰ ਤਰੱਕੀ ਵੱਲ ਲੈ ਕੇ ਜਾਈਏ ਤੇ ਪੰਜਾਬ ਦੀਆਂ ਸੜਕਾਂ ਪੰਜਾਬ ਦਾ ਜੀਵਨ ਪਧਰ ਪੰਜਾਬ ਦਾ ਐਗਰੀਕਲਚਰ ਸਿਸਟਮ ਹੋਰ ਅੱਗੇ ਲੈ ਕੇ ਜਾਈਏ ਤੇ ਪੰਜਾਬ ਚ ਕਿਸੇ ਕਿਸਮ ਦੀ ਕੋਈ ਕਮੀ ਨਾ ਆਵੇ ਪੰਜਾਬ ਸੈਂਟਰ ਦੀਆਂ ਸਕੀਮਾਂ ਅਸੀਂ ਪੰਜਾਬ ਦੇ ਅੰਦਰ ਲਾਗੂ ਕਰੀਏ ਤੇ ਲੋਕਾਂ ਦਾ ਜਿਹੜਾ ਹੈ ਭਲਾ ਕਰ ਸਕੀਏ ਤੇ ਤੁਸੀਂ ਉਤਸ਼ਾਹ ਨਾਲ ਸਾਡੇ ਖਰੜ ਇਲਾਕੇ ਦੇ ਕਮਲਦੀਪ ਜੀ ਸੈਣੀ ਜੋ ਕਿ ਇੱਕ ਹੋਨਹਾਰ ਇਮਾਨਦਾਰ ਆਦਮੀ ਇਲਾਕੇ ਚ ਖੜੇ ਹੋਏ ਆ ਤੁਸੀਂ ਆਪਣੇ ਇਲਾਕੇ ਦੀ ਖੁਸ਼ਹਾਲੀ ਲਈ ਇਨਾਂ ਨੂੰ ਵੱਧ ਤੋਂ ਵੱਧ ਵੋਟਾਂ પાਕੇ ਜਿਤਾਓ ਤੇ ਸ਼ਾਂਤੀ ਅਤੇ ਭਾਈਚਾਰਾ ਤਾਂ ਬਣ ਸਕੇ ਤੇ ਕੋਈ ਇਸ ਇਸ ਇਨਾਂ ਦੇ ਵਿੱਚ ਜੋ ਯੋਗਤਾ ਹੈ ਉਹ ਬਹੁਤ ਹੀ ਵਧੀਆ ਹੈ ਤੇ ਇਹ ਪਾਰਟੀ ਦੇ ਬਹੁਤ ਵਫਾਦਾਰ ਸਿਪਾਹੀ ਹਨ ਤੇ ਆਪਾਂ ਇਹਨਾਂ ਨੂੰ ਖੜੜ ਦੇ ਇਲਾਕੇ 'ਚੋਂ ਪੂਰੀ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਣਾ ਹੈ ਤੇ ਤਾਂ ਕਿ ਆਪਾਂ ਆਪਣੇ ਇਲਾਕੇ ਦੀ ਖੜੜ ਇਲਾਕੇ ਦੀ ਨਹਾਰ ਬਦਲ ਸਕੀਏ ਤੇ এডਿਕੇਸ਼ਨ ਚ ਕਾਲਜ ਖੋਲ ਸਕੀਏ ਸਿਸਟਮ ਜਿਹੜਾ ਹੈ ਹੈਲਥ ਦਾ ਵੀ ਅਪਗ੍ਰੇਡ ਕੀਤਾ ਜਾਵੇ ਤੇ ਲੋਕਾਂ ਦਾ ਭਲਾ ਹੋਵੇ ਲੋਕਾਂ ਨੂੰ ਬੱਸ ਰੂਟਸ ਜੋ ਆਣ ਲੜਕੀਆਂ ਲਈ ਸਪੈਸ਼ਲ ਬਸਾਂ ਚਲਾਈਆਂ ਜਾਣ ਜਿਹੜੀਆਂ ਆਪਣੀ এডਿਕੇਸ਼ਨ ਆਪਣੀ ਨੌਕਰੀ ਤੱਕ ਸੇਫ ਤੇ ਬਿਨਾ ਡਰ ਪਹ ਤੋਂ ਕੰਮ ਕਰ ਸਕਣ ਮੈਂ ਇੰਨਾ ਕਹਿੰਦਾ ਹੋਇਆ ਨੂੰ ਫਿਰ ਦੁਆਰਾ ਬੇਨਤੀ ਕਰਦਾ ਕਿ ਤੁਸੀਂ ਜਿਹੜਾ ਹੈਗਾ ਇੱਕ ਅੱਛੇ ਇਮਾਨਦਾਰ ਸਰਕਾਰ ਨੂੰ ਲਿਆਓ ਤਾਂ ਕਿ ਕੋਈ ਝਗੜਾ ਨਾ ਹੋਵੇ ਤੇ ਕੋਈ ਝਗੜਾ रहਤ ਸਰਕਾਰ ਬਣੇ ਤੇ ਪਾਲਿਸੀਆਂ ਸੈਂਟਰ ਦੀਆਂ ਲਾਗੂ ਹੋਣ ਤੇ ਨਵੀਆਂ ਨੀਤੀਆਂ ਆਣ ਪੰਜਾਬ ਜਿਹੜਾ ਹੈ ਉਹੀ ਸ਼ਾਨ ਜੋ ਮੁੜ ਕੇ ਪਹਿਲੇ ਬਹਾਲ ਸੀ ਉਸ ਨੂੰ ਵੀ ਬਹਾਲ ਕੀਤਾ ਜਾਵੇ ਤੇ ਇਹੀ ਇੱਕ ਆਲਾਈਅንስ ਹੈ ਜੋ ਇਸ ਸੂਝਵਾਨ ਜੋ ਹੈ ਲੀਡਰ ਨੇ ਬਣਾਈ ਹੈ ਅਸੀਂ ਇਸ ਦਾ ਪੁਰਜੋਰ ਸਮਰਥਨ ਕਰੀਏ ਇਹੀ ਗੱਲ ਕਹਿੰਦਾ ਹੋਇਆ ਮੈਂ ਤੁਹਾਨੂੰ ਫਿਰ ਮੁਰਜਾਦ ਦਲਾਨਾ ਕਿ ਆਪ ਆਪਣਾ 20 ਤਰੀਕ ਵਾਲੇ ਦਿਨ ਆਪਣਾ ਇਸ ਨਿਸ਼ਾਨ ਤੇ ਭਾਜਪਾ ਦੇ ਨਿਸ਼ਾਨ ਤੇ ਤੇ ਜਿਹੜਾ ਹੈ ਆਪਣਾ ਵੋਟ ਦਾ ਵੋਟ ਦਾ ਭੁਗਤਾਨ ਕਰੋ ਤਾਂ ਕਿ ਸਹੀ ਸਰਕਾਰ ਜਿਹੜੀ ਹੈ ਸਹੀ ਸਮੇਂ ਸਰ ਬਣ ਸਕੇ ਤੇ ਲੋਕਾਂ ਦੀ ਤਰੱਕੀ ਹੋ ਸਕੇ ਤੇ ਤੁਹਾਡੇ ਜੋ ਮਸਲੇ ਹਨ ਜੋ ਜੋ ਵੀ ਤੁਹਾਡੇ ਨੌਕਰੀਆਂ ਦੇ ਮਸਲੇ ਹਨ ਅਸੀਂ ਉਸ ਨੂੰ ਵੀ ਬੜੀ ਜਲਦੀ ਛੇਤੀ ਲਾਗੂ ਕਰਾਂਗੇ ਧੰਨਵਾਦ